सत श्री अकाल जी। ये है जी बाबा सरदूल सिंह जी दे कबूतर। पार्ट वन दे विच तुहानू आपां गलबात कीती बाबा जी दे नाल, ते पार्ट टू दे विच आपां तुहानू जिहड़ा कबूतरां दा शौक करा रहे हां, बहुत मतलब वधिया जानकारी नॉलेज दीआं गल्लां जिहड़ियां बाबा जी हुणां ने दसियां, ते पुराने कबूतर किद्दां बणे, कित्थों आए, उह सारा कुछ आपां तुहाडे नाल सांझा कीता जी। इह कबूतरीआं इहदे विच वीरे? हां, इहदे विच कबूतरीआं कबूतरीआं ਇਹ ਪੱਠੀਆਂ ਕਿ ਵੱਡੀਆਂ? ਇਹ ਵੱਡੀਆਂ ਬਈ, ਟਾਲੀਆਂ ਹੁਣ ਵੱਡੀਆਂ। ਅੱਛਾ, ਬੱਚੇ ਕਢਾ ਲਏ ਇਹਨਾਂ ਦੇ? ਹਾਂ, ਦੋ ਕੁ ਪੱਠੀਆਂ ਨੇ ਜੀ। ਦੋ ਕੁ ਪੱਠੀਆਂ ਨੇ। ਇਸ ਵਾਰ ਬਾਬਾ ਜੀ ਦੇ ਕਬੂਤਰ ਬਿਮਾਰ ਹੋਣ ਕਰਕੇ ਥੋੜ੍ਹੇ ਕਬੂਤਰ ਜਿਹੜੇ ਉਹ ਖਰਾਬ ਹੋ ਗਏ ਨੇ, ਅਤੇ ਬਾਜ਼ੀਆਂ ਵੀ ਘੱਟ ਛੱਡੀਆਂ ਗਈਆਂ, ਅਤੇ ਇਹਦੇ ਵਿੱਚ ਜਿਹੜੇ ਹੈ ਵੱਡੀਆਂ ਕਬੂ ਜੋੜੀਆਂ ਨੇ, ਕੁਝ ਉੱਪਰ ਬੈਠੇ ਨੇ ਜੀ। ਜਿੰਦਾ ਤਾਂ ਖੋਲ ਲੈ ਕੇ ਐਂ ਲਓ ਜੀ, ਇੱਕ ਮੌਜੀ ਆ ਖੱਟੀਆਂ ਦੀ। ਬੜੇ ਵਧੀਆ ਵਧੀਆ ਕਬੂਤਰ ਨੇ ਬਾਬਾ ਜੀ ਦੇ, ਸ਼ੌਂਕ ਕਰਾਉਂਦੇ ਹਾਂ ਤੁਹਾਨੂੰ। ਬਾਈ ਹੁਣੇ ਚਾਬੀ ਲੈ ਕੇ ਆ ਰਹੇ ਆ। ਇਹ ਹੈਗੇ ਚ ਵੀ ਜੋੜੀਆਂ ਹੀ ਸਾਰੀਆਂ? ਇਹਦੇ ਚ ਤਾਂ ਉਹ ਪੱਠੇ ਜਿਹੜੇ ਹੈਗੇ ਸਿੱਧੇ ਹੋਏ ਵਿੰਗੇ ਹੋ ਗਏ। ਅੱਛਾ, ਇਹ ਉਹ ਹੈ? ਹਾਂ, ਕਈ ਕੂਤਰ ਟਾਲੇ ਟੂਲੇ ਵਿੱਚ ਇੱਕ ਦੋ ਕੂਤਰੀਆਂ ਵੀ ਮਿਲੀਆਂ ਵੀ ਸੀ, ਐਂ ਛੜਤੀਆਂ ਇਹਦੇ ਚ। ਸਹੀ ਹੈ, ਸਹੀ ਆ। ਆਹ ਜਿਹੜੀ ਪੂਛ ਵਾਲੀ ਆ, ਇਹ ਵੀ ਉਹਨਾਂ 'ਚੋਂ ਹੀ ਆ? ਇਹ ਸ਼ਾਖੇ ਕੂਤਰਾਂ ਦਾ ਜੀ, ਟੌਰੀ ਵਾਲਾ। ਹਾਂਜੀ, ਉੜਦਾਂ ਦਾ ਹੀ ਐਤਕੀ ਵਿੰਗਾ ਹੋ ਗਿਆ ਜੀ, ਫਿਰ ਸਿੱਧਾ ਹੋ ਗਿਆ। ਸਿੱਧਾ ਹੋ ਗਿਆ? ਹਾਂਜੀ, ਆਹ ਕੂਤਰੀ ਨਾਲ ਹੀ ਮਿਲਿਆ ਚਿੱਟੀਆਂ, ਇਹਦੇ ਨਾਲ ਹੀ ਮਿਲਿਆ। ਇਹ ਜੋੜੀ ਆ ਬਾਈ ਜੀ, ਤੁਹਾਨੂੰ ਦੱਸ ਦਿੰਦੇ ਹਾਂ। ਉਹ ਦੋ ਬੱਚੇ ਇਹਦੇ ਲਾਲ ਡੱਬੇ ਜੇ ਕੱਢੇ ਇਹਨਾਂ ਨੇ, ਇਹ ਬੱਚੇ ਇਸ ਜੋੜੇ ਦੇ। ਹਾਂ, ਇਹ ਉੱਤੇ ਕੱਢੇ ਜੀ, ਥੱਲੇ ਰੱਖ ਤੇ ਆਂਡੇ ਲਾਉਣ ਵਾਲੀ। ਠੀਕ ਆ, ਠੀਕ ਆ। ਤੇ ਬੱਚੇ ਆਪ ਹੀ ਪਾਲਦੇ ਕਿ ਤੁਸੀਂ ਹੱਥ ਨਾਲ ਵੀ ਪਾਲਦੇ? ਨਹੀਂ ਨਹੀਂ, ਆਪ ਹੀ ਪਾਲਦੇ। ਆਪ ਹੀ ਪਾਲਦੇ? ਹਾਂ, ਹੱਥ ਨਾਲ ਚੱਕ ਲਾਂਗੇ 7 ਕੁ ਦਿਨਾਂ ਨੂੰ, ਫਿਰ ਹੱਥਾਂ ਨਾਲ। ਫਿਰ ਹੱਥਾਂ ਨਾਲ? ਤੇ ਜਿਹੜੇ ਹੱਥ ਦੇ ਨਾਲ ਪਾਲਦੇ ਹੋ, ਸਰੋਂ ਦਿੰਦੇ ਕਿ ਚਣੇ ਦਿੰਦੇ ਹੋ? ਅਸੀਂ ਛੋਲੇ, ਛੋਲਿਆਂ ਨਾਲ ਹੀ ਪਾਲਦੇ ਹਾਂ। ਛੋਲੇ ਦਿੰਦੇ ਆ ਭਿੱਜੇ ਹੋਏ? ਹਾਂਜੀ। ਇਹਨੂੰ ਕਰੋ ਬੰਦ, ਉਹ ਖੋਲੋ ਦੂਜਾ ਖੁੱਡਾ। ਲਓ ਬਾਈ ਜੀ, ਇਹਦੇ ਵਿੱਚ ਵੀ ਜੋੜੀਆਂ ਨੇ ਬਾਬੇ ਦੀਆਂ। ਹੁਣ ਆਪਣੇ ਕੋਲ ਜ਼ਿਆਦਾ ਖੱਟੀਆਂ ਦੇ ਆ ਕਬੂਤਰ ਹੈ? ਹਾਂਜੀ। ਇੱਧਰ ਜਿਹੜੇ ਹੈਗੇ ਆ ਖਾਨੇ ਬਣਾਏ ਹੋਏ ਨੇ ਮਿੱਟੀ ਦੇ, ਤੇ ਜਿਹੜੇ ਸ਼ਾਹ ਆਖੇ ਮੀਰਾਬਾ ਚੋਂ। ਹਾਂਜੀ, ਇਹ ਬਾਬਾ ਜੀ ਹੁਣਾਂ ਦੀ ਪੁਰਾਣੀ ਨਸਲ ਹੈ ਜੀ। ਜਿਹੜੇ ਗੁਟਕੂ ਬਾਬਾ ਜੀ ਕਹਿੰਦੇ ਵੀ ਗੁਟਕੂ ਕਬੂਤਰ ਆ ਛੋਟੀਆਂ ਤਾਂ ਉਹਨਾਂ ਵਾਲੇ, ਉਹ ਕਿੱਧਰ ਆ? ਉਹ ਵੀ ਦੇਖਣੇ ਆਪਾਂ। ਇਹ ਹੈ ਜੀ ਬਾਬਾ ਜੀ ਹੁਣਾਂ ਦਾ ਦੂਸਰਾ ਖੁੱਡਾ। ਇਹ ਜੋੜਾ ਕਬੂਤਰੀ ਬੈਠੀ ਹੈ, ਤੇ ਇਹ ਬੈਠਾ ਆ ਨਰ ਥੱਲੇ, ਆਂਡੇ ਰੱਖੇ ਹੋਏ ਇਸ ਜੋੜ ਦੇ। ਇੱਕ ਕਬੂਤਰੀ ਇਹ ਵੀ ਹੈ, ਮਿੱਟੀ ਦੇ ਖਾਨੇ ਬਣਾਏ ਨੇ ਬਹੁਤ ਸੋਹਣੇ। ਬਹੁਤ ਵਧੀਆ ਸ਼ੌਂਕ ਆ ਬਾਬਾ ਜੀ ਹੁਣਾਂ ਦਾ। ਲਓ ਬਾਈ ਜੀ, ਇੱਥੇ ਵੀ ਜੋੜੇ ਹੀ ਨੇ। ਇੱਧਰ ਇਹ ਦੋ ਬੱਚੇ ਕੱਢੇ ਹੋਏ ਨੇ, ਬਹੁਤ ਸੋਹਣੇ ਨੇ ਇਹ ਵੀ। ਅਤੇ ਇੱਧਰ ਆਂਡੇ ਰੱਖੇ ਨੇ ਕਬੂਤਰੀ ਨੇ। ਆ ਸ਼ਾਖ ਕਬੂਤਰਾਂ ਦੇ ਸਾਹਮਣੇ ਦੁੰਬ ਚੀਰਾ ਰਿਹਾ। ਇਹਦਾ ਬੱਚਾ ਲਾਲ ਚਿੱਟਾ ਚਿੱਟੀਆਂ ਖਲਕਾਰੀ ਪੂਛਾ ਲੈਣਾ ਉੱਧਰ। ਇਹਦਾ ਪੁੱਤਾ ਜੀ, ਇਹ ਕਾਣਾ ਕਬੂਤਰ? ਨਹੀਂ, ਇਹਦੀ ਅੱਖ ਬੰਦ ਹੋ ਗਈ ਐਤਕੀ, ਵਿੰਗਾ ਹੋ ਗਿਆ ਸੀ। ਅੱਛਾ, ਠੀਕ ਆ, ਠੀਕ ਆ। ਆਹ ਕਬੂਤਰੀ ਮੀਰਾਬਾ ਚੋਂ ਹੈ। ਹਾਂਜੀ, ਚੰਦ ਪਾਉਂਦੀ ਇੱਕ, ਚੰਦ ਅੱਖਾਂ ਪਾਉਂਦੀ ਆ। ਹੈ ਹੀ ਬਹੁਤ ਚੰਗੀ ਆ ਕਬੂਤਰੀ, ਦੱਸਦੀ ਆ। ਇਸੇ ਨਾਲ ਹੀ ਲੱਗੀ। ਅੱਛਾ, ਇਹਦੇ ਨਾਲ ਹੀ ਲੱਗੀ। ਬੱਚਾ ਕਾਲਾ ਚੀਨਾ ਕੱਢਿਆ ਇਹਨਾਂ ਨੇ। ਠੀਕ ਆ, ਠੀਕ ਆ, ਵਧੀਆ ਕਬੂਤਰੀ ਆ ਬਈ। ਇਹ ਦੇਖੋ ਠਿੱਬਾ ਚਪਟਾ ਸਿਰ ਆ ਇਸ ਕਬੂਤਰੀ ਦਾ, ਤੀਰ ਬਣਦਾ ਇਹਦੀ ਅੱਖ ਦੇ ਵਿੱਚ। ਸ਼ੌਂਕ ਕਰ ਲਿਓ ਸਰਦੂਲ ਬਾਬਾ ਅਵਲ ਖਾਣਾ ਜੀ, ਪੁਰਾਣੇ ਸਟਾਰ ਖਿਡਾਰੀ ਨੇ ਆਪਣੇ, ਉਹਨਾਂ ਦੇ ਕਬੂਤਰ ਨੇ। ਖੁੱਡਿਆਂ ਦੇ ਵਿੱਚ ਜੋੜੀਆਂ ਦੋ ਦੋ ਤਿੰਨ ਤਿੰਨ ਹੀ ਲਾਈਆਂ ਹੈ। ਹਾਂਜੀ, ਜ਼ਿਆਦਾ ਨਹੀਂ ਲਾਉਂਦੇ, ਖਰਾਬ ਕਰਦੇ ਫਿਰ। ਠੀਕ ਆ, ਠੀਕ ਆ।
ਐ ਲਓ ਵੀ ਮਿੱਤਰੋ ਇਹਦੇ ਵਿੱਚ ਵੀ ਇਹ ਬੈਠੇ ਨੇ ਦੋ ਜੋੜੀਆਂ ਇਹਦੇ 'ਚ ਨੇ ਇਹ ਅੰਡੇ ਰੱਖੇ ਹੋਏ ਆ ਇੱਕ ਨੇ ਇੱਕ ਹੀ ਉੱਪਰ ਬੈਠਾ ਆ ਕਬੂਤਰ ਜਿਹੜਾ ਉੱਪਰ ਬੈਠਾ ਇਹ ਖੱਟੀਆਂ ਦਾ ਆ नवे बच्चे अजे बने नी नवे बच्चे उधर लखे के करीब नी ਇਹ ਵੀ ਵੱਡੇ ਜੋੜੇ ਨੇ ਹਾਂ ਇਹ ਸਾਰੇ ਨੇ ਜੋੜੇ ਵੱਡੇ ਠੀਕ ਆ ਠੀਕ ਆ ਆ ਲਓ ਬਾਈ ਜੀ ਕਰੋ ਸ਼ੌਂਕ ਆ ਵੀ ਮੀਰਾ ਬਾਂਜੋ ਕਬੂਤਰੀ ਹੈ ਨਾ ਨਿੱਕੀ ਜਿਹੀ ਹਾਂਜੀ ਇਹ ਉਹ ਟੀਰੀ ਨਾਲ ਦੀ ਟੀਰੀ ਨਾਲ ਦੀ ਆ ਨਹੀਂ ਇਹ ਉਹਦੀ ਕਾਣੀ ਦੀ ਗੱਲ ਨਹੀਂ ਕਰਦੇ ਸੀ ਜਿਹੜੀ ਉਹਦੀ ਹੈ ਕਾਣੀ ਦੀ ਹਾਂ ਇਹ ਹੈ ਮੀਰਾ ਬਾਂਜੋ ਜੀ ਹਾਂਜੀ ਇਹਨਾਂ ਦੀਆਂ ਧਾਣਾ ਨਿੱਕੀਆਂ ਨਿੱਕੀਆਂ ਨੇ ਹਾਂ ਇਹਨੂੰ ਗੁਟਕੂ ਕਹਿੰਦੇ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਇਹਨਾਂ ਨੂੰ ਗੁਟਕੂ ਕਹਿ ਦਿੰਦੇ ਆ ਠੀਕ ਆ ਠੀਕ ਆ ਇਹ ਦੇਖੋ ਬਾਈ ਜੀ ਬਹੁਤ ਸੋਹਣੇ ਸੋਹਣੇ ਪੰਛੀ ਨੇ ਆ ਜੀ ਕਿੰਗ ਖੁੱਡੇ ਦਾ ਤਾਂ ਆਪਣਾ ਉਹ ਜਿਹੜਾ ਚੀਨਾ ਆ ਕਾਲ ਦੁੰਬਾ ਕਬੂਤਰ ਖੱਟੀਆਂ ਅੱਖਾਂ ਦਾ ਬਾਹਰ ਹੀ ਹੁੰਦਾ ਆ ਜਿਹੜਾ ਹਾਂਜੀ ਆ ਬੁੱਢਾ ਹੋ ਗਿਆ ਹਾਂਜੀ ਪੂਛ ਚ ਕਾਲੇ ਖੰਭ ਇਹਦੇ ਠੀਕ ਆ ਨਿੱਕੀ ਜੀ ਨੋਕ ਇਹਦੀ ਜਮਾ ਹੀ ਹਾਂਜੀ ਜਮਾ ਹੀ ਨਿੱਕੀ ਨੋਕ ਸਹੀ ਹੈ ਬੱਚੇ ਕੱਢਦਾ ਹਾਂਜੀ ਕੱਢਦਾ ਬੱਚੇ ਲੈ ਬਈ ਦੇਖੋ ਛੋਟੀ ਜੀ ਚੁੰਝ ਆ ਬਿਲਕੁਲ ਇਸ ਕਬੂਤਰ ਦੀ ਤੇ ਅੱਖ ਵੀ ਇੱਕ ਵਿਚਾਰੀ ਦੀ ਥੋੜੀ ਜੀ ਖਰਾਬ ਆ ਬਾਹਰ ਟਾਈਮ ਤੋਂ ਹੀ ਆਖ ਸੁਣਾ ਆ ਬਈ ਬਹੁਤ ਵਧੀਆ ਇਹਨਾਂ ਦੀਆਂ ਨੋਕਾਂ ਕਿਦਾਂ ਸਿੱਧੀਆਂ ਆ ਹੈ ਜਿਹੜੇ ਗੁਟਕੂ ਆ ਹਾਂਜੀ ਅੜਾਵੇ ਵੀ ਬਹੁਤ ਕਰੇ ਅੱਛਾ ਐਤਕੀ ਸੀ ਇੱਕ ਦਾ ਪੱਠਾ ਉਹ ਦਿਨ ਚ ਪਾ ਕੇ ਰਾਤ ਨੂੰ ਜਾਵਨ ਚ ਹੀ ਬਹਿੰਦਾ ਦੂਸਰੇ ਦਿਨ ਆਉਂਦਾ ਸੀ ਘਰੇ ਇਹ ਚ ਮਧੂਆਂ ਵਾਲਾ ਵੀ ਹੈਗਾ ਕੋਈ ਮਧੂਆਂ ਵਾਲੇ ਉਧਰ ਸੀ ਪਰਲੇ ਖੁੱਡੇ ਚ ਪਰਲੇ ਖੁੱਡੇ ਸਹੀ ਆ ਆਹ ਜਿਹੜੀ ਉੱਪਰ ਕਬੂਤਰੀ ਬੈਠੀ ਆ ਕਬੂਤਰ ਔਰ ਕਾਲੀ ਟੈਂਡ ਵਾਲਾ ਕਬੂਤਰੀ ਆ ਲੱਗਦਾ ਕਬੂਤਰੀ ਆ ਆਈ ਆਈ ਆ ਹਾਂਜੀ ਇਹ ਕਿਹੜੀਆਂ ਜੀ ਇਹ ਬਾਬੇ ਨੇ ਪਤਾ ਇਹ ਕਬੂਤਰੀ ਕਿਹੜੀ ਹੈ ਬਾਬੇ ਦੇ ਚੇਲੇ ਨੂੰ ਦਿੱਤੀ ਸੀ ਉਹ ਵਾਪਸ ਲੈ ਕੇ ਆਇਆ ਇੱਕ ਦੂਸਰ ਦਿੱਤੀ ਇੱਕ ਗੈਰ ਦਿੱਤੀ ਹੈ ਬੱਚਾ ਦੀ ਦੂਸਰ ਦਿੱਤੀ ਵੀ ਹੈ ਹਾਂ 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 ਲੈ ਵੀ ਮਿੱਤਰਾ ਦੇਖੋ ਕਬੂਤਰੀ ਇੱਕ ਕਬੂਤਰੀ ਕਦੀ ਚੜੇਲੀ ਆ ਐ ਦੇਖੋ ਘੁੱਗੀਆਂ ਵਰਗੇ ਜਿਹੜੇ ਬਾਬਾ ਜੀ ਕਹਿੰਦੇ ਸੀ ਨਾ ਗੁੱਟਕੂ ਇਹ ਚਿੱਟੀਆਂ ਅੱਖਾਂ 'ਚ ਆ ਕਬੂਤਰੀ ਚਿੱਟੀਆਂ ਅੱਖਾਂ ਦੀ ਉਹਨਾਂ 'ਚ ਹੀ ਆ ਨਾ ਹਾਂਜੀ ਆਹ ਕਾਲਾ ਕੰਡ ਕੀਤਾ ਇਹਦਾ ਹਾਂਜੀ ਹਾਂਜੀ ਬਹੁਤ ਚੰਗੀ ਕਬੂਤਰੀ ਆ ਬਾਈ ਇਹਦੀ ਦਿਲ ਖੁਸ਼ ਪਰਿੰਦੇ ਨੇ ਇਹ ਬੱਚੇ ਕੱਢੇ ਨੇ ਇੱਕ ਇਹ ਵੀ ਬੜਾ ਹੀ ਸੋਹਣੇ ਕੱਢੇ ਆ ਬੱਚੇ ਉਹ ਸ਼ਾਖ ਕੀ ਕਬੂਤਰੀ ਦੇ ਆ ਇਹ ਵੀ ਸ਼ਾਖ ਕੀ ਕਬੂਤਰੀ ਉਹ ਸ਼ਾਖ ਕੇ ਕਬੂਤਰ ਦਾ ਜਿਹੜਾ ਕਾਣਾ ਹੋ ਗਿਆ ਅੱਛਾ ਅੱਛਾ ਇਹ 'ਚ ਤਿੰਨ ਬੱਚੇ ਰੱਖ ਦਿੱਤੇ ਚਾਰ ਤਿੰਨ ਤਿੰਨ ਆ ਹੀ ਤਿੰਨ ਉਹ ਇੱਕ ਨਿੱਕਾ ਆ ਉਹਨੂੰ ਤਾਂ ਪਾਲਣੇ ਪੈਣਾ ਵੱਖਰਾ ਕਰਕੇ ਨਹੀਂ ਆ ਇਹਨੇ ਨਹੀਂ ਕੱਢਿਆ ਜੋੜੀ ਆਂਡੇ ਛੱਡ ਗਈ ਸੀ ਏਦਾਂ ਹੀ ਧਰਤੇ ਬੱਚੇ ਕਰਕੇ ਤੇ ਉਹਨੂੰ ਫਿਰ ਹੱਥੀਂ ਥੋੜਾ ਦੇ ਦਿਆ ਕਰ ਪਾਣੀ ਹਾਂ ਨਹੀਂ ਉਹਨੂੰ ਖੁਰਾਕ ਬਣਾਉਣੇ ਨੇ ਥੋੜਾ ਜਿਹਾ ਪਾਣੀ ਦੇ ਦਿਆ ਕਰੋ ਉਹ ਵਧੀਆ ਆ ਖੁਰਾਕ ਉਹਨੂੰ ਦੇ ਦਿਆ ਕਰੋ ਛੋਟਾ ਨਾ ਜਿੱਦਾਂ ਮਰੂਗਾ ਹਾਂ ਨਹੀਂ ਨਹੀਂ ਮਰਨੀ ਨਹੀਂ ਦਿੰਦੇ ਆਪਾਂ ਐਂ ਲਓ ਬਈ ਦੇਖੋ ਬਾਬੇ ਸਰਦੂਲ ਸਿੰਘ ਜੀ ਦੇ ਕਬੂਤਰ ਨਸਲਾਂ ਬਹੁਤ ਵਧੀਆ ਵਧੀਆ ਨੇ ਅਤੇ ਵੀਰ ਹੁਣੀ ਸਾਂਭ ਸੰਭਾਲ ਕਰਦੇ ਨੇ ਵਧੀਆ ਆ ਅਤੇ ਬੱਚੇ ਵੀ ਇਹ ਕੱਢੇ ਹੋਏ ਇੱਧਰ ਵੀ ਖਾਨਿਆਂ ਦੇ ਵਿੱਚ ਦੇਖੋ ਬਾਈ ਕਬੂਤਰ ਬਾਬਾ ਜੀ ਨੇ ਬਹੁਤ ਨਸਲੀ ਇਹਦੇ ਕਾਲੇ ਚੀਨੇ ਕਿਹੜੀਆਂ ਜੋ ਵੀਰੇ ਆ ਜਿਹੜਾ ਕਾਲਾ ਚੀਨਾ ਜਿਹੜਾ ਇਹ ਜਿਹੜੇ ਬਾਬੇ ਦੇ ਘੁੱਗੇ ਕਬੂਤਰ ਹੁੰਦੇ ਨਾ ਕਾਲੇ ਚੀਨੇ ਹਾਂ ਹਾਂ ਬਘਿਆੜ ਜੇ ਇਹ ਕੱਢਦੇ ਆ ਬੱਚੇ ਕੋਈ ਠੀਕ ਦਾਲ ਬਗਲ ਵਾਲੇ ਜਿਹੜੇ ਬਾਈਆਂ ਛੱਡਦੇ ਬਾਬੇ ਸਹੀ ਆ ਸਹੀ ਆ ਆ ਲਓ ਬਾਈ ਜੀ ਕਰੋ ਸ਼ੌਂਕ ਇਹਨਾਂ ਕਬੂਤਰਾਂ ਦਾ ਬਹੁਤ ਚੰਗੇ ਚੰਗੇ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਨਸਲੀ ਕਬੂਤਰ ਇਹਦੇ 'ਚ ਵੀ ਹੈਗੇ ਆ
ਇਹ ਵੀ ਜੋੜੀਆਂ ਨੇ। ਹੈਲੋ ਬਾਈ, ਇਹ ਕਬੂਤਰੀ ਟੇਢੀ ਹੋ ਗਈ ਹੈ। ਹਾਂਜੀ ਆ ਵੀ ਟੇਢੀ, ਉਹ ਕਬੂਤਰ ਵੀ ਟੇਢਾ ਹੋ ਗਿਆ ਜੀ, ਖੱਟੀਆਂ ਅੱਖਾਂ ਨਾਲ ਮੌਜ ਮਾੜੀ ਮਾੜੀ। ਹਾਂ ਇੱਕ ਡੱਬਾ ਵਿੱਚ ਕਾਕਿਆ ਲੈ ਜਾਓ। ਨਾ ਜੀ ਨਾ, ਇਹ ਚਿੱਟੇ ਕਬੂਤਰਾਂ ਨੇ ਕੱਢਿਆ ਜੀ, ਸ਼ਾਹ ਅੱਖਾਂ ਨੇ। ਸ਼ਾਹ ਅੱਖਾਂ ਨੇ ਕੱਢਤਾ ਡੱਬਾ। ਡੱਬਾ ਕੱਢ, ਸਹੀ ਆ। ਕਬੂਤਰੀ ਅਜੇ ਬਾਹਲੇ ਟਾਈਮ ਦੀ ਹੈ ਤਾਂ। ਕਬੂਤਰੀ ਹੈ ਹੈ। ਹਾਂਜੀ, ਅੱਗੇ ਬੱਚੇ ਕੱਢਦੀ ਡੱਬੇ? ਨਹੀਂ ਐਤਕੀ ਲਾਈ ਹੈ। ਅੱਛਾ, ਲਾਈ ਨਹੀਂ, ਬੱਚੇ ਸ਼ਾਮ ਨੂੰ ਰੱਖ ਰੱਖੀ ਸੀ। ਸਹੀ ਆ। ਇਹ ਬਾਈ ਜੀ ਜਿਹੜਾ ਤੁਸੀਂ ਸ਼ੌਂਕ ਕਰ ਰਹੇ ਹੋ ਸਰਦੂਲ ਬਾਬਾ ਜੀ ਅਵਲ ਖਰਾਣੇ ਵਾਲੇ, ਉਹਨਾਂ ਦੇ ਕਬੂਤਰਾਂ ਦਾ ਆ, ਅਤੇ ਬਹੁਤ ਸੋਹਣੇ ਸੋਹਣੇ ਕਬੂਤਰ ਨੇ। ਅਤੇ ਬਾਬਾ ਜੀ ਹੁਣਾਂ ਨੇ ਪਹਿਲੇ ਪਾਰਟ ਦੇ ਵਿੱਚ ਬਹੁਤ ਵਧੀਆ ਇੰਟਰਵਿਊ ਜੋ ਅਸੀਂ ਕੀਤੀ ਉਹਦੇ ਵਿੱਚ ਗੱਲਾਂ ਦੱਸੀਆਂ, ਬੈਠੇ ਬੈਠੇ ਗੱਲ ਚੱਲ ਪਈ। ਅਤੇ ਮੈਂ ਕਿਹਾ ਵੀਰਾਂ ਦੇ ਨਾਲ ਆਪਾਂ ਸਾਂਝਾ ਕਰ ਲੈਂਦੇ ਹਾਂ ਇਹ ਸ਼ੌਂਕ, ਅਤੇ ਸ਼ੌਂਕ ਕਿੱਦਾਂ ਦਾ ਲੱਗਾ ਬਾਈ ਜੀ ਜ਼ਰੂਰ ਦੱਸਣਾ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ, ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ, ਅਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।